ਵਿਊਅਰਸ ਵੈਲਕਮ ਬੈਕ ਟੂ ਨਿਊਜ਼ TV84 ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਭਾਈ ਗੁਰਦੇਵ ਸਿੰਘ ਜੀ ਵਾਈਸ ਪ੍ਰੈਜ਼ੀਡੈਂਟ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਨਾਲ ਜਿਹੜੇ ਕਿ ਕਾਲਾ ਮਜ਼ੂ ਮਿਸ਼ੀਗਨ ਤੋਂ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਸਭ ਤੋਂ ਪਹਿਲਾਂ ਅਸੀਂ ਇਹੀ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਜੀ ਦੀ ਭੁੱਖ ਹੜਤਾਲ ਅਤੇ ਉਹਨਾਂ ਦੀ ਭੁੱਖ ਹੜਤਾਲ ਦੇ ਮੂਲ ਮੁੱਦੇ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਭਾਰਤੀ ਜੇਲ੍ਹਾਂ ਵਿੱਚ ਰਿਹਾਈ ਬਾਰੇ ਤੁਸੀਂ ਕੀ ਸੋਚਦੇ ਹੋ ਦੇਖੋ ਇਸ ਤਰ੍ਹਾਂ ਹੈ ਜੀ ਇੱਕ ਸੰਘਰਸ਼ ਸਿੱਖਾਂ ਨੇ ਜਦੋਂ ਉਹਨਾਂ ਹਰਿਮੰਦਰ ਸਾਹਿਬ ਤੇ ਅਟੈਕ ਹੋਇਆ ਜੀ ਤੇ ਉਦੋਂ ਹਥਿਆਰਬੰਦ ਸੰਘਰਸ਼ ਜਿਹੜਾ ਸਿੱਖਾਂ ਦੇ ਗਲ ਪਾਇਆ ਗਿਆ ਹਾਂਜੀ ਸਿੱਖਾਂ ਨੇ ਲੜਿਆ ਨਹੀਂ ਸਿੱਖਾਂ ਦੇ ਗਲ ਪਾਇਆ ਗਿਆ ਉਹਨਾਂ ਸਿੱਖਾਂ ਨੇ ਨੌਜਵਾਨਾਂ ਨੇ ਮੁਕਾਬਲਾ ਕੀਤਾ ਉਸ ਗੱਲ ਦਾ ਤੇ ਸਾਡੇ ਬਹੁਤੇ ਬੁੱਧੀਜੀਵੀ ਜਾਂ ਸਾਡੇ ਜਿਹੜੇ ਬਹੁਤੇ ਸਾਰੇ ਸਿੱਖ ਵੀਰ ਵੀ ਇਸ ਗੱਲ ਨੂੰ ਕਹਿੰਦੇ ਸੀ ਕਿ ਇਹਨਾਂ ਨੂੰ ਹਥਿਆਰ ਨਹੀਂ ਸੀ ਚੱਕਣੇ ਚਾਹੀਦੇ ਹੁਣ ਇਸ ਵੇਲੇ ਭਾਈ ਗੁਰਬਖਸ਼ ਸਿੰਘ ਸ਼ਾਂਤਮਈ ਰਹਿੰਦੇ ਹੋਏ ਗੁਰੂ ਅੱਗੇ ਚਰਨਾਂ 'ਚ ਅਰਦਾਸ ਕਰਕੇ ਬਿਲਕੁਲ ਹਥਿਆਰ ਨਹੀਂ ਚੱਕਿਆ ਹੋਇਆ ਉਹ ਇਹ ਕੰਮ ਇਸ ਕਾਲਜ ਲਈ ਤੁਰੇ ਨੇ ਤਾਂ ਜੋ ਦੇਖੋ ਹਥਿਆਰ ਸਿੱਖ ਨੇ ਚੱਕਿਆ ਮੈਂ ਜੇ ਗੁਰ ਇਤਿਹਾਸ ਦੀ ਗੱਲ ਕਰਾਂ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਾਂਤਮਈ ਰਹਿੰਦਿਆਂ ਹੋਇਆ ਅੰਤ ਤੱਕ ਸ਼ਹੀਦੀ ਦਿੱਤੀ ਤੇ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਹਥਿਆਰ ਨਾਲ ਸ਼ਾਂਤੀ ਕਾਇਮ ਕੀਤੀ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਾਂਤਮਈ ਰਹਿੰਦਿਆਂ ਹੋਇਆ ਕੁਰਬਾਨੀ ਕੀਤੀ ਉਸ ਤੋਂ ਬਾਅਦ ਦਸਵੇਂ ਪਾਤਸ਼ਾਹ ਨੇ ਖਾਲਸਾ ਸਾਜ ਕੇ ਫਿਰ ਜ਼ੁਲਮ ਦਾ ਟਾਕਰਾ ਕੀਤਾ ਸਿੱਖ ਗੁਰ ਇਤਿਹਾਸ ਦੇ ਵਿੱਚ ਗੱਲਾਂ ਨੇ ਸਿੱਖ ਇਤਿਹਾਸ ਦੇ ਭਾਈ ਮਨੀ ਸਿੰਘ ਦੇ ਜਿਹਨਾਂ ਜਲਾਦਾਂ ਨੇ ਬੰਦ ਬੰਦ ਕੱਟੇ ਉਹਨਾਂ ਦੇ ਗਿਆਨਾਂ ਨੇ ਜਲਾਦਾਂ ਨੂੰ ਸਜ਼ਾ ਦੇ ਕੇ ਫਿਰ ਸ਼ਾਂਤੀ ਬਹਾਲ ਕੀਤੀ ਤੇ ਬਹੁਤ ਸਾਰੀਆਂ ਐਗਜ਼ੈਂਪਲ ਜਿਹੜੀਆਂ ਸਿੱਖ ਇਤਿਹਾਸ ਤੇ ਗੁਰ ਇਤਿਹਾਸ ਦੇ ਵਿੱਚ ਸਾਡੇ ਕੋਲ ਹੈਗੀਆਂ ਨੇ ਸੋ ਸਿੱਖ ਕਦੀ ਵੀ ਹਥਿਆਰ ਦੇ ਨਾਲ ਕਦੀ ਵਾਧਾ ਨਹੀਂ ਕਰਦਾ ਪਰ ਜਿਹੜੇ ਸਾਡੇ ਬੁੱਧੀਜੀਵੀ ਜਾਂ ਕੋਈ ਵੀ ਇਹ ਪੁਰਾਣੀ ਇਹ ਗੱਲ ਕਹਿੰਦੇ ਸੀ ਵੀ ਇਹ ਗੱਲ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਉਸ ਨੂੰ ਹੁਣ ਇਸ ਮਾਹੌਲ 'ਚ ਨਾ ਤਾਂ ਸਾਡੇ ਬਹੁਤੇ ਬੁੱਧੀਜੀਵੀਆਂ ਦੀ ਕਲਮ ਚੱਲ ਰਹੀ ਹੈ ਨਾ ਸਾਡਾ ਮੀਡੀਆ ਕਵਰ ਕਰ ਰਿਹਾ ਉੱਥੇ ਬੈਠਾ ਹੁਣ ਦੱਸੋ ਕਿ ਹੁਣ ਸਿੱਖਾਂ ਕੋਲ ਕਿਹੜਾ ਹਥਿਆਰ ਰਹਿ ਗਿਆ ਹੈ ਇਹਨੂੰ ਵਰਤਣ ਸਾਡੇ ਅਕਾਲ ਤਖ਼ਤ ਦੇ ਜਥੇਦਾਰ ਜੀ ਸਾਹਿਬ ਜਥੇਦਾਰ ਸਾਹਿਬ ਵੀ ਕਹਿ ਰਹੇ ਆ ਜੀ ਇਹ ਠੀਕ ਨੀ ਗਾ ਹਥਿਆਰ ਦੀ ਤੁਸੀਂ ਹਥਿਆਰ ਚੱਕਦੇ ਹੋ ਤੇ ਅੱਤਵਾਦੀ ਬਣਾਉਂਦੇ ਹੋ ਸ਼ਾਂਤਮਈ ਰਹਿੰਦੇ ਹੋ ਤੇ ਇਹ ਸਿੱਖੀ ਦੇ ਅਨੁਕੂਲ ਨੀ ਗਾ ਫਿਰ ਸਿੱਖ ਕਰੇ ਤਾਂ ਕੀ ਕਰੇ ਫਿਰ ਸਿੱਖ ਕੋਈ ਰਾਹ ਰਹਿ ਗਿਆ ਵੀ ਭਾਈ ਸਾਨੂੰ ਇਸ ਹਿੰਦੁਸਤਾਨ ਨੂੰ ਅਲੱਗ ਹੋਣਾ ਉਹ ਖਾਲਿਸਤਾਨ ਦੀ ਪ੍ਰਾਪਤੀ ਚਾਹੀਦੀ ਹੈ ਸਾਨੂੰ ਹੋਰ ਤਾਂ ਮੈਂ ਭਾਈ ਸਾਹਿਬ ਦਾ ਜਿਹੜਾ ਸੰਘਰਸ਼ ਆ ਜਿਸ ਤਰ੍ਹਾਂ ਉਹਨੇ ਵਿਢਿਆ ਇਹ ਬੜਾ ਦੋਨੇ ਰਸਤੇ ਜਿਹੜੇ ਸਿੱਖਾਂ ਵੱਲੋਂ ਉਹ ਦਿਖਾਏ ਜਾ ਰਿਹਾ ਵੀ ਅਸੀਂ ਭਾਈ ਸ਼ਾਂਤਮਈ ਰਹਿੰਦੇ ਹਾਂ ਵਿਸ਼ਵਾਸ ਦੇ ਰਹੇ ਹਾਂ ਆਪਦੇ ਕਾਲਜਾਂ ਲਈ ਆਪਣੇ ਮੈਦਾਨ ਵਿੱਚ ਕੁੱਦੇ ਹਾਂ ਅਸੀਂ ਹਥਿਆਰਬੰਦ ਵੀ ਹੁਣ ਹਿੰਦੁਸਤਾਨ ਦੀ ਜਾਂ ਵਕਤ ਦੀ ਸਰਕਾਰ ਜਾਂ ਸਾਡੀ ਅਕਾਲੀ ਸਰਕਾਰ ਅਖੌਤੀ ਹੈ ਜਿਹੜੀ ਉਹਨਾਂ ਨੇ ਦੇਖਣਾ ਕਿ ਉਹਨਾਂ ਨੇ ਸਿੱਖਾਂ ਦੀਆਂ ਮੰਗਾਂ ਕਿਵੇਂ ਮੰਨਣੀਆਂ ਨੇ ਭਾਈ ਗੁਰਬਖਸ਼ ਸਿੰਘ ਗੁਰੂ ਚੜ੍ਹਦੀ ਕਲਾ ਬਖਸ਼ੇ ਇਹ ਤੇ ਉਹਨਾਂ ਦੀ ਸਿਹਤ ਜਾਵੇ ਲਈ ਮੇਰੀ ਅਰਦਾਸ ਹੈ ਜੀ ਇਹ ਮੈਂ ਕਹਿ ਸਕਦਾ ਜੀ ਵੇਲੇ ਕੱਲ੍ਹ ਜੀ ਵੀਰ ਜੀ ਤੇ ਵੀਰ ਜੀ ਵੀ ਦੱਸੋ ਜਿਸ ਤਰ੍ਹਾਂ ਮੀਡੀਆ ਰਿਪੋਰਟਾਂ ਅਨੁਸਾਰ ਮਿਡ ਵੈਸਟ ਦੇ ਪ੍ਰਮੁੱਖ ਗੁਰਦੁਆਰਿਆਂ ਦੇ ਨੁਮਾਇੰਦਿਆਂ ਦਾ ਇੱਕ ਇਕੱਠ ਕੱਲ੍ਹ ਯਾਨੀ ਕਿ 15 ਦਸੰਬਰ ਨੂੰ ਪਲੇਨਫੀਲਡ ਇੰਡੀਆਨਾ ਵਿੱਚ ਹੋਇਆ ਇਸ ਇਕੱਠ ਅਤੇ ਇਸ ਵੱਲੋਂ ਪੇਸ਼ ਕੀਤੇ ਗਏ ਮਤਿਆਂ ਸੰਬੰਧੀ ਵੀ ਸਾਰੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਹਾਂਜੀ ਭੈਣ ਜੀ ਇਹ ਕੱਲ੍ਹ ਗੁਰਦੁਆਰਾ ਸ਼ਬਦ ਪ੍ਰਕਾਸ਼ ਪਲੇਨਫੀਲਡ ਇੰਡੀਆਨਾਪੋਲਿਸ ਵਿਖੇ ਇਕੱਠ ਹੋਇਆ ਜਿਹਦੇ ਵਿੱਚ ਟੈਕਸਿਸ ਤੋਂ ਇਲਾਨੋਇਸ ਤੋਂ ਓਹਾਇਓ ਤੋਂ ਇੰਡੀਆਨਾ ਤੋਂ ਮਿਸ਼ੀਗਨ ਤੋਂ ਸੰਗਤਾਂ ਨੇ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਹਦੇ ਵਿੱਚ ਸ਼ਮੂਲੀਅਤ ਕੀਤੀ ਸੋ ਇੱਕ ਬੜਾ ਜਿਸ ਤਰੀਕੇ ਨਾਲ ਸਾਰਾ ਪਹਿਲਾਂ ਉੱਥੇ ਸਭ ਤੋਂ ਪਹਿਲਾਂ ਸ੍ਰੀ ਅਖੰਡਪੁਰ ਸਾਹਿਬ ਜੋ ਭਾਈ ਸਾਹਿਬ ਸੀ ਚੜ੍ਹਦੀ ਕਲਾ ਲਈ ਤੇ ਉਹਨਾਂ ਦੀ ਸਿਹਤ ਜਾਵੀ ਲਈ ਰੱਖੇ ਹੋਏ ਸਨ ਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਉਸ ਤੋਂ ਬਾਅਦ ਕੀਰਤਨੀ ਜਥਿਆਂ ਨੇ ਰਸਤ ਨਾ ਕੀਰਤਨ ਕੀਤਾ ਵੀਰਮਈ ਰਸਤੇ ਵਿੱਚ ਸੋ ਉਸ ਤੋਂ ਬਾਅਦ ਹਰ ਬੁਲਾਰਿਆਂ ਨੇ ਇੱਥੇ ਜਿੱਥੇ ਵੀ ਵੀਰ ਚੱਲ ਕੇ ਆਏ ਸੀ ਉਹਨਾਂ ਨੇ ਆਪਦੇ ਵਿਚਾਰ ਰੱਖੇ ਜਿਹਦੇ ਵਿੱਚ ਇੱਕ ਗੱਲ ਬੜੀ ਅੱਡਰੀ ਸੀ ਇਸ ਵਾਰ ਵਿਲੱਖਣ ਸੀਗੀ ਤੇ ਹਰ ਬੁਲਾਰੇ ਦੀ ਕੌਮ ਦੀ ਆਜ਼ਾਦੀ ਲਈ ਭਾਈ ਸਾਹਿਬ ਲਈ ਅਰਦਾਸ ਦੀ ਗੱਲ ਤੇ ਇਹ ਗੱਲ ਸੀਗੀ ਵੀ ਹੁਣ ਅਸੀਂ ਆਪਦੇ ਆਪ ਨੂੰ ਧਿਰਾਂ 'ਚ ਨਾ ਵੰਡੀਏ ਅਸੀਂ ਕੀ ਖਾਣਾ ਕੀ ਪਹਿਨਣਾ ਆ ਕਿੰਨੀਆਂ ਬਾਣੀਆਂ ਪੜ੍ਹਨੀਆਂ ਆ ਕਿਹੜੀ ਗੱਲ ਮਿਲਣੀ ਆ ਸਿੱਖ ਹੁਣ ਗੁਰੂ ਗ੍ਰੰਥ ਸਾਹਿਬ ਤੇ ਟੇਕ ਰੱਖ ਕੇ ਤਾਂ ਹੁਣ ਇਸ ਨੂੰ ਇਹ ਵੀ ਸਾਡੀ ਆਜ਼ਾਦੀ ਦੀ ਲੜਾਈ ਅਸੀਂ ਕਿਵੇਂ ਪ੍ਰਾਪਤ ਕਰਨੀ ਆ ਇਹ ਨਿਸ਼ਾਨਾ ਸੀ ਸਭ ਦਾ ਜਿਹਦੇ ਵਿੱਚ ਉਸ ਦਿਨ ਵੀ ਮੈਂ ਵਿਚਾਰ ਸੰਗਤਾਂ ਨਾਲ ਵਿਚਾਰ ਸਾਂਝਿਆਂ ਕਰਦਿਆਂ ਗੱਲ ਕਹੀ ਸੀ ਮੈਂ ਛੋਟੀ ਜੀ ਤੁਹਾਨੂੰ ਜੋ ਮੈਂ ਆਪਦੇ ਅੱਖੀਂ ਦਿੱਤਾ ਸੰਤਾਂ ਦੇ ਬਚਨ ਸੁਣੇ ਸਨ ਜਦੋਂ 21 ਤਰੀਕ ਨੂੰ ਭਾਈ ਅਮਰੀਕ ਸਿੰਘ ਤੇ ਫੈਡਰੇਸ਼ਨ ਤੇ ਦਾਸ ਜੀ ਵਿੱਚ ਸੀ ਉਹਨਾਂ ਦੇ ਸੰਤ ਅਕਾਲ ਤਖ਼ਤ ਤੇ ਸਨ ਇਹ ਬੇਨਤੀ ਕਰ ਲਈ ਗਏ ਵੀ ਬਾਬਾ ਜੀ ਸੰਤ ਜੀ ਜੇ ਕੱਲ ਨੂੰ ਇੱਥੇ ਅਟੈਕ ਹੁੰਦਾ ਆ ਉਹਨਾਂ ਨੂੰ ਪਤਾ ਲੱਗ ਗਿਆ ਹਿੰਦੁਸਤਾਨ ਕਿ ਤੁਹਾਡਾ ਇੱਥੋਂ ਸੇਫ ਨਿਕਲਣਾ ਜ਼ਰੂਰੀ ਆ
ਜੀ ਤਾਂ ਉਸ ਸਮੇਂ ਉਹ ਸੰਤਾਂ ਦਾ ਜੋ ਰੋਹ ਸੀ, ਉਹਨਾਂ ਨੇ ਇਹ ਗੱਲ ਕਹੀ ਸੀ ਵੀ ਮੈਂ 14ਵੀਂ ਜਗ੍ਹਾ ਤੇ ਟਕਸਾਲ ਦੇ ਹਾਂ, ਇੱਥੇ 14ਵੀਂ ਜਗ੍ਹਾ ਤੇ ਸੰਤ ਚਾਹੁੰਦੇ ਹਨ, ਮੈਂ ਟਕਸਾਲ ਨੂੰ ਕਲੰਕਿਤ ਨਹੀਂ ਕਰਨਾ, ਮੇਰਾ ਸਿਰ ਲੱਗੇਗਾ ਜਾਂ ਮੋਰਚਾ ਫਤਿਹ ਹੋਏਗਾ। ਉਸ ਉਪਰੰਤ ਦੇਖੇ ਇੱਕ ਸਿੱਖ ਨੇ ਇੱਕ ਸਵਾਲ ਕੀਤਾ, ਇਹ ਬਾਬਾ ਜੀ ਮਾਸ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ, ਇਹ ਦਸਮ ਗ੍ਰੰਥ ਦੀ ਵਿੱਚ ਹੈ ਜਾਂ ਨਹੀਂ ਹੈ। ਤੇ ਸੰਤਾਂ ਦਾ ਇੱਕ ਬੜਾ ਦੂਰ ਉਦੇਸ਼ੀ ਆਂਸਰ ਸੀਗਾ ਵੀ ਸਿੱਖੋ, ਇਹ ਛੋਟੀਆਂ ਛੋਟੀਆਂ ਗੱਲਾਂ ਨੇ, ਪੰਥ ਦੀਆਂ ਅੰਦਰੂਨੀ ਨੇ, ਵੱਡੀ ਲੜਾਈ ਕੌਮ ਦੀ ਜਿੱਤ ਲਓ, ਇਹ ਆਪਾਂ ਬੈਠ ਕੇ ਜਦੋਂ ਮਰਜ਼ੀ ਨਜਿੱਠ ਲਾਂਗੇ। ਹਾਂਜੀ ਬਿਲਕੁਲ। ਸੋ ਇਸ ਵੇਲੇ ਸਾਡੇ ਸਾਹਮਣੇ ਵੱਡੀ ਲੜਾਈ ਹੈ। ਸੋ ਕੋਈ ਵੀ ਸਿੱਖ ਆ, ਸਿੱਖ ਹਰ ਦੀ ਟੇਕ ਉਹਦੀ ਗੁਰੂ ਗ੍ਰੰਥ ਸਾਹਿਬ ਤੇ ਹੋਣੀ ਚਾਹੀਦੀ ਹੈ ਤੇ ਉਸ ਨੂੰ ਮੁੱਖ ਰੱਖਣਾ। ਪੰਥ ਦੀ ਜੋ ਇਸ ਵੇਲੇ ਸੰਘਰਸ਼ ਚੱਲ ਰਿਹਾ ਉਹ ਚ ਕੋਈ ਵੀ ਪ੍ਰਾਣੀ ਜਿਹੜਾ ਗੁਰੂ ਨਾਨਕ ਨਾਮ ਲੇਵਾ ਹੈਗਾ ਆ ਉਹ ਆਪਦਾ ਹਿੱਸਾ ਪਾਉਣ ਤੋਂ ਵਾਂਝਾ ਨਾ ਰਹੇ। ਜੇ ਅਸੀਂ ਵਾਕਿਆ ਗੁਰੂ ਦੇ ਸਿੱਖ ਕਹਾਉਂਦੇ ਹਾਂ ਤੇ ਸਾਨੂੰ ਇਸ ਗੱਲ ਤੇ ਪਹਿਰਾ ਦੇਣ ਦੀ ਲੋੜ ਹੈ, ਨਹੀਂ ਤਾਂ ਗੁਰੂ ਦੇ ਦੇਣਦਾਰ ਹੋਵਾਂਗੇ ਅਸੀਂ। ਜੀ ਬਿਲਕੁਲ। ਉਸ ਤੋਂ ਉਪਰੰਤ ਸਾਰੀਆਂ ਇਹ ਦੋ ਤਕਰੀਬਨ 3 ਘੰਟੇ ਪ੍ਰੋਗਰਾਮ ਚੱਲਿਆ, ਸਾਰੇ ਬੁਲਾਰਿਆਂ ਨੇ ਸੰਬੋਧਿਤ ਕੀਤਾ ਤੇ ਜਿਹੜਾ ਬੜਾ ਸੰਗਤਾਂ ਨੇ ਬੜੇ ਪਿਆਰ ਨਾਲ ਜਕਾਰਿਆਂ ਦੇ ਰੂਪ ਚ ਬੜਾ ਕਾਰ ਕੀਤਾ, ਜਿਹੜੇ ਵੀ ਵਿਚਾਰ ਆ ਸੰਗਤਾਂ ਨੇ ਇਸ ਗੱਲ ਨੂੰ ਪ੍ਰਵਾਨਗੀ ਦਿੱਤੀ। ਉਸ ਤੋਂ ਬਾਅਦ ਇੱਕ ਜਿੰਨੇ ਵੀ ਨੁਮਾਇੰਦੇ ਆਏ ਹੋਏ ਸਨ ਉਹਨਾਂ ਦੇ ਵਿੱਚ ਕੋਈ 1 ਘੰਟੇ ਦੀ ਮੀਟਿੰਗ ਹੋਈ ਜਿਹਦੇ ਵਿੱਚ ਮਤੇ ਪਾਏ ਗਏ ਸਾਰੇ ਵਿੱਚ ਵੀ ਕੀ ਕੀਤਾ ਜਾਣਾ ਚਾਹੀਦਾ ਹੈ। ਉਹਦੇ ਵਿੱਚ ਸਾਰਾ ਇਸੇ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਅੱਜ ਸਾਨੂੰ ਕਿਸ ਗੱਲ ਦੀ ਲੋੜ ਹੈ ਤੇ ਕਿਹੜੇ ਕਿਹੜੇ ਮਤੇ ਪਾਏ ਨੇ। ਉਹਦੇ ਵਿੱਚ ਇੱਕ ਤਾਂ ਆਉਣ ਵਾਲੇ ਸਮੇਂ ਜਿਹੜੇ ਅਖੌਤੀ ਸਾਡੇ ਅੱਜ ਦੇ ਜਿਹੜੇ ਸੰਤ ਸਮਾਜ ਬਣੇ ਹੋਏ ਨੇ ਤੇ ਜਾਂ ਸਾਡੇ ਜਥੇਦਾਰ ਸਾਹਿਬ ਦਾ ਰੋਲ ਜੋ ਉਹਨਾਂ ਨੂੰ ਵੀ ਇਹ ਲਿਖਿਆ ਮਤਾ ਪਾਇਆ ਗਿਆ ਵੀ ਜੇ ਸਾਡੇ ਜਥੇਦਾਰ ਅੱਜ ਦੇ ਇਸ ਭਾਈ ਗੁਰਬਖਸ਼ ਸਿੰਘ ਵਾਲੇ ਮੋਰਚੇ ਦੇ ਵਿੱਚ ਆਪਦਾ ਸਹੀ ਰੋਲ ਨਹੀਂ ਨਿਭਾਉਂਦੇ ਤੇ ਕੱਲ ਨੂੰ ਅਮਰੀਕਾ ਦੇ ਵਿੱਚ ਆਉਣ ਵੇਲੇ ਕਿਸੇ ਵੀ ਗੁਰਦੁਆਰੇ ਬੋਲਣ ਤੋਂ ਪਹਿਲਾਂ ਉਹਨਾਂ ਨੂੰ ਸੰਗਤਾਂ ਦੇ ਸਵਾਲਾਂ ਦਾ ਆਨਸਰ ਕਰਨਾ ਪਏਗਾ ਤੇ ਅਸੀਂ ਇਹ ਚਾਹੁੰਦੇ ਕਿ ਜਥੇਦਾਰ ਸਾਹਿਬ ਆਪ ਦਾ ਬਣਦਾ ਰੋਲ ਅਦਾ ਕਰਨ। ਦੇਖੋ ਜੇ ਅਕਾਲੀ ਫੂਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਨੂੰ ਸੱਦ ਸਕਦੇ ਨੇ ਤੇ ਅੱਜ ਸਾਡੇ ਇਹ ਜਥੇਦਾਰ ਬਾਕੀ ਗੱਲਾਂ ਦੇ ਲੋਕਾਂ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਦੇ ਹੁਕਮਨਾਮੇ ਜਾਰੀ ਕਰਦੇ ਨੇ। ਇਹ ਜਿਹੜਾ ਮੋਰਚਾ ਕੌਮ ਨੂੰ ਲਾਇਆ ਗਿਆ ਸੀ, ਬਾਦਲ ਇਹ ਬਾਦਲ ਸਰਕਾਰ ਅਕਾਲੀ ਸਰਕਾਰ ਇਹਨਾਂ ਨੇ ਲਾਇਆ ਸੀ, ਉਸੇ ਮੋਰਚੇ ਦੇ ਵਿੱਚ ਉਹ ਸਿੰਘ ਕੁੱਦੇ ਉਹਨਾਂ ਮੈਦਾਨ ਤੱਤੇ ਵਿੱਚ ਆਏ ਤੇ ਉਹ ਅੱਜ ਜੇਲ੍ਹਾਂ ਭੁਗਤ ਰਹੇ ਨੇ, ਇਹ ਗੱਦੀਆਂ ਦਾ ਆਨੰਦ ਮਾਣ ਰਹੇ ਨੇ। ਕੀ ਇਹਨਾਂ ਦਾ ਫਰਜ਼ ਨੀ ਬਣਦਾ ਕਿ ਉਹਨਾਂ ਨੂੰ ਜਿਹੜੇ ਸਜ਼ਾ ਪੂਰੀ ਹੋ ਗਈ ਉਹਨਾਂ ਨੂੰ ਤਾਂ ਘੱਟੋ ਘੱਟ ਬਾਹਰ ਹੋਰ ਨੀ ਕੁਛ ਕਰ ਸਕਦੇ, ਉਹਨਾਂ ਨੂੰ ਤਾਂ ਬਾਹਰ ਕਢਾਇਆ ਜਾਵੇ ਨਾ। ਹਾਂਜੀ। ਸੋ ਇਹ ਸਾਰੇ ਮਤੇ ਪਾਏ ਗਏ ਵੀ ਇਹ ਜੋ ਵੀ ਅਕਾਲੀ ਜਾਂ ਜਿਹੜੇ ਪੰਥ ਇਸ ਵੇਲੇ ਨਹੀਂ ਸਾਥ ਦੇ ਰਹੇ ਇਸ ਗੱਲ ਦਾ, ਜਦੋਂ ਵੀ ਬਾਹਰ ਆਉਣਗੇ ਇਹ ਜਵਾਬਦੇਹ ਹੋਣਗੇ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਗੁਰੂ ਪੰਥ ਨੂੰ ਜਵਾਬਦੇਹ ਹੋਣਗੇ, ਗੁਰੂ ਦੀਆਂ ਸੰਗਤਾਂ ਨੂੰ ਜਵਾਬਦੇਹ ਹੋਣਗੇ। ਇਹ ਗੱਲ ਵੀ ਗਏ ਵੀ ਜਥੇਦਾਰ ਗੁਰੂ ਦੀਆਂ ਸੰਗਤਾਂ ਦੇ ਨੇ, ਜਥੇਦਾਰ ਬਾਦਲ ਦੇ ਨੇ। ਇਸ ਗੱਲ ਤੇ ਬੜੀ ਪ੍ਰੋੜਤਾ ਦੇ ਨਾਲ ਸਾਰੀਆਂ ਸੰਗਤਾਂ ਨੇ ਪ੍ਰੋੜਤਾ ਕੀਤੀ। ਹਾਂਜੀ। ਸੋ ਇਸ ਗੱਲ ਨੂੰ ਇਹ ਮੁੱਖ ਰੱਖਿਆ ਵੀ ਇਸੇ ਅਵੇਅਰਨੈਸ ਮਿਡਵੈਸਟ ਦੀਆਂ ਜਿਹੜੀਆਂ ਸੰਗਤਾਂ ਨੇ ਜਿੰਨੀਆਂ ਵੀ ਇਸ ਤਰ੍ਹਾਂ ਆਉਣ ਵਾਲੇ ਸਮੇਂ ਚ ਇਹੋ ਜਿਹੇ ਪ੍ਰੋਗਰਾਮ ਹੋਰ ਲੰਭ ਰਹੀਆਂ ਨੇ। ਸੋ ਇਸ ਗੱਲ ਤੇ ਜ਼ੋਰ ਦੀ ਭਾਈ ਸਾਹਿਬ ਦਾ ਇਹ ਜਿਹੜਾ ਇਹ ਮੋਰਚਾ ਲੱਗਿਆ ਹੋਇਆ ਇਹਤੇ ਅਸੀਂ ਪੂਰਾ ਸਾਥ ਦੇਵਾਂਗੇ। ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਜੀ ਦੇ ਮੋਰਚੇ ਜਾਂ ਮੁਹਿੰਮ ਨੇ ਸਾਰੀਆਂ ਸਿੱਖ ਸੰਗਤਾਂ ਨੂੰ ਇਕੱਠਾ ਕਰ ਦਿੱਤਾ ਹੈ, ਪਰ ਦੂਸਰੇ ਪਾਸੇ ਇਹਨਾਂ ਦੇ ਵੱਲੋਂ ਧਿਆਨ ਵਧਾਉਣ ਲਈ ਦੂਸਰੇ ਪਾਸੇ ਜਿਹੜਾ ਸੰਤ ਸਮਾਜ ਆ ਉਸ ਨੇ ਨਾਨਕ ਸ਼ਾਹੀ ਕੈਲੰਡਰ ਦਾ ਕੈਲੰਡਰ ਸੰਬੰਧੀ ਅਤੇ ਰਹਿਤ ਜਿਹੜੇ ਸਿੱਖ ਰਹਿਤ ਮਰਿਆਦਾ ਸੰਬੰਧੀ ਬੜਾ ਬਵੇਲਾ ਖੜਾ ਕਰ ਦਿੱਤਾ ਹੈ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਇੱਕ ਮੈਨੂੰ ਸ਼ਾਹ ਮੁਹੰਮਦ ਸਾਹਿਬ ਸ਼ਾਹ ਮੁਹੰਮਦ ਦੀ ਬੜੀ ਲਾਈਨਾਂ ਬੜੀਆਂ ਚੰਗੀਆਂ ਨੇ, ਸ਼ਾਹ ਮੁਹੰਮਦ ਦਾ ਅੰਤ ਨੂੰ ਸੋਈ ਹੋਣਾ ਜੋ ਕਰੇਗਾ ਖਾਲਸਾ ਪੰਥ ਨਹੀਂ। ਜੀ ਅੰਤ ਦੇਖੋ, ਇਹ ਕੋਈ ਪਹਿਲੇ ਨੀ ਆਏ, ਇਹ ਆਖਰੀ ਨੇ ਗੇ। ਇਹ ਸਮੇਂ ਸਮੇਂ ਦੇ ਨਾਲ ਇਹਨਾਂ ਜੇ ਮਹੰਤਾਂ ਦੀ ਤੁਸੀਂ ਇਹਨਾਂ ਕੁਝ ਸੰਤ ਕਹਿ ਲਓ ਮਹੰਤ ਕਹਿ ਲਓ, ਇਹਨਾਂ ਨੇ ਜੋ ਤੁਸੀਂ ਸਾਕਾ ਨਰਕਾਣਾ ਸਾਹਿਬ ਤੋਂ ਤੁਰੇ ਆ ਰਹੇ ਨੇ ਸਾਰੇ, ਇਹ ਇਸ ਵੇਲੇ ਸਾਫ ਦੇਖੋ ਹਰ ਇੱਕ ਜਿਹੜਾ ਸਿੱਖ ਥੋੜਾ ਜਿਹਾ ਵੀ ਗਿਆਨ ਰੱਖਦਾ ਹੈ ਇਹ ਇਹਨਾਂ ਨਾਲ ਜੁੜੇ ਹੋਏ ਨੇ, ਜਿਹੜੇ ਇਹਨਾਂ ਦੇ ਹੁਣ ਕਹਿਣਾ ਵੀ ਨਾਨਕ ਸ਼ਾਹੀ ਕੈਲੰਡਰ ਬਾਰੇ ਗੱਲਬਾਤ ਕਰਨੀ ਜਾਂ ਰਹਿਤ ਮਰਿਆਦਾ ਬਾਰੇ ਗੱਲ ਕਰਨੀ, ਇਹ ਕਿਸ ਨਾਜ਼ੁਕ ਮੌਕੇ ਤੇ ਕਰ ਰਹੇ ਨੇ, ਕੌਣ ਕਢਵਾ ਰਿਹਾ ਇਹ? ਸਿਰਫ ਮੈਂ ਤਾਂ ਕਹਿੰਦਾ ਵੀ ਆਪਦੀ ਮੁੱਲ ਪਵਾਉਣ ਲਈ ਆਰ ਆਰ ਐਸ ਤੋਂ ਜਾਂ ਉਹਨਾਂ ਤੋਂ ਆਪਦਾ ਮੁੱਲ ਪਾਉਣ ਲਈ ਵੀ ਅਸੀਂ ਗੱਲ ਕਰਦੇ ਹਾਂ, ਭਾਈ ਅਸੀਂ ਤਿਆਰ ਖੜੇ ਹਾਂ, ਅਸੀਂ ਪੰਥ ਦੇ ਨਾਲ ਨਹੀਂ ਖੜੇ, ਸਾਨੂੰ ਸਾਡੀ ਕੀਮਤ ਪਾਵੋ ਕਿ ਨਹੀਂ ਪਾਉਂਦੇ ਹਾਂ ਤੇ ਅਸੀਂ ਪਾਉਣ ਲਿਖਣੇ। ਬਿਲਕੁਲ ਸਾਰੇ ਜੋ ਹੈਗੇ ਆ ਇਹਨਾਂ ਨੂੰ ਸੰਗਤਾਂ ਨੂੰ ਨਕਾਰਨਾ ਚਾਹੀਦਾ ਵਿਦੇਸ਼ਾਂ ਦੇ ਵਿੱਚ। ਅਸੀਂ ਮੈਂ ਗੁਰਦੁਆਰਾ ਕਲਾਂ ਮੰਜੂ ਸਾਹਿਬ ਤੋਂ ਅਸੀਂ ਇੱਕ
ਬੜੀ ਦੇਰ ਤਾਂ ਜਦੋਂ ਸਾਡੀ ਗੁਰਦੁਆਰਾ ਇੱਕ ਅਸੀਂ ਮਤਾ ਪਾਸ ਕੀਤਾ ਸੀ ਜੀ ਵੀ ਕਿਸੇ ਵੀ ਖੋਤੀ ਜਾਂ ਪਖੰਡੀ ਸਾਹਿਬ ਨੂੰ ਅਸੀਂ ਗੁਰਦੁਆਰੇ ਦੀ ਸਟੇਜ ਤੇ ਨਹੀਂ ਆਉਣ ਦੇਣਾ। ਹਾਂ ਕੋਈ ਗੁਰੂ ਕਾ ਸਿੱਖ ਗੁਰੂ ਦੀ ਗੱਲ ਕਰਦਾ ਗੁਰੂ ਦਾ ਪ੍ਰਚਾਰ ਕਰਦਾ ਆ ਅਸੀਂ ਭਾਈ ਉਹਦਾ ਤਨ ਮਨ ਧਰਨਾ ਹਰ ਵੱਲੋਂ ਉਹਦੇ ਚਰਨ ਧੂੜ ਪਰਸਾਂਗੇ ਪਰ ਇਹ ਪਖੰਡੀ ਨਾ ਹੀ ਅਸੀਂ ਕਦੀ ਵੰਡ ਦਿੰਦੇ ਹਾਂ ਤੇ ਨਾ ਹੀ ਆਉਣ ਦਿੰਦੇ ਹਾਂ। ਸੋ ਇਹਨਾਂ ਨੇ ਕੌਮ ਦਾ ਜੋ ਹਾਲ ਕੀਤਾ ਇਹਦੇ ਲਈ ਕੌਮ ਨੂੰ ਅਵੇਅਰ ਹੋਣ ਦੀ ਲੋੜ ਆ। ਅਸੀਂ ਵਿਦੇਸ਼ਾਂ ਦੇ ਵਿੱਚ ਆਉਣ ਵਾਲੇ ਸਮੇਂ ਚ ਇਸ ਇਹਨਾਂ ਟੋਪਿਕਾਂ ਨੂੰ ਲੈ ਕੇ ਸੋਚਦੇ ਮਿਡ ਵੈਸਟ ਦੇ ਵਿੱਚ ਅਸੀਂ ਇਹ ਪ੍ਰੋਗਰਾਮ ਆਰੰਭ ਰਹੇ ਹਾਂ ਵੀ ਭਾਈ ਇਹਨਾਂ ਗੁਰਦੁਆਰਾ ਸਟੇਜਾਂ ਤੇ ਇਹਨਾਂ ਨੂੰ ਬੰਦ ਕੀਤਾ ਜਾਵੇ ਔਰ ਜਿੱਥੇ ਵੀ ਕਿਤੇ ਅਮੈਰੀਕਾ ਵੀ ਆਉਂਦੇ ਆ ਤੇ ਸਾਨੂੰ ਇਹਨਾਂ ਨੂੰ ਕਿਵੇਂ ਹੈਂਡਲ ਕਰਨਾ ਚਾਹੀਦਾ ਇਹ ਤੇ ਵਿਚਾਰਾਂ ਵੀ ਕੀਤੀਆਂ ਗਈਆਂ। ਜੀ ਬਿਲਕੁਲ। ਤੇ ਵੀਰ ਜੀ ਸਾਡਾ ਵਕਤ ਹੁਣ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਤੇ ਸਿੱਖ ਸੰਗਤਾਂ ਜੇ ਸੁੱਤੀਆਂ ਪਈਆਂ ਨੇ ਉਹਨੇ ਅੱਖਾਂ ਖੋਲੀਆਂ ਤੇ ਇਸ ਲਈ ਤੁਹਾਡੇ ਵਰਗੇ ਸ਼ਖਸੀਅਤਾਂ ਨੂੰ ਟੀਵੀ 84 ਤੇ ਲੈ ਕੇ ਆਉਣੇ। ਤੇ ਵੀਰ ਜੀ ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਿੱਖ ਸੰਗਤਾਂ ਦੇ ਰੂਬਰੂ ਹੋਏ। ਤੇ ਵੀਰ ਜੀ ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਅਰਸ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ 'ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।